ਫਰੀਦਕੋਟ ਦੇ ਸਰਕਾਰੀ ਹਸਪਤਾਲ ਤੋਂ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੋਗਾ ਦਾ ਰਹਿਣ ਵਾਲਾ ਗੋਰਾ ਸਿੰਘ, ਜੋ ਕਿ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਸੀ, ਤੇ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸੰਬੰਧੀ SHO ਥਾਣਾ ਸਿਟੀ ਫਰੀਦਕੋਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੈਦੀ ਨੂੰ ਇਲਾਜ ਲਈ ਲਿਆਉਣ ਸਮੇਂ ਫਰੀਦਕੋਟ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਗਈ। ਬਹਰਹਾਲ ਪੁਲਿਸ ਵੱਲੋਂ ਫਰਾਰ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ। ਇਨਫੋਰਮੇਸ਼ਨ ਆਈ ਹੈ ਕਿ ਇੱਕ ਕੈਦੀ ਜੋ ਕਿ ਬਠਿੰਡਾ ਜੇਲ੍ਹ 'ਚ ਬੰਦ ਸੀਗਾ, ਬਠਿੰਡੇ ਪੁਲਿਸ ਨੂੰ ਇੱਥੇ ਲੈ ਕੇ ਆਈ ਸੀ ਅਤੇ ਉਹ ਮੈਡੀਕਲ ਕਾਲਜ 'ਚ ਫਰਾਰ ਹੋ ਗਿਆ ਹੈਗਾ। ਬਸ ਇੰਨੀ ਇਨਫੋਰਮੇਸ਼ਨ ਹੈ ਸਾਨੂੰ। ਸਰ, ਕਿਸ ਤਰ੍ਹਾਂ ਉਹਦੀ ਭਾਲ ਕੀਤੀ ਜਾ ਰਹੀ ਹੈ? ਹਾਲੇ ਅਸੀਂ ਕੰਟਰੋਲਰ ਨੂੰ ਮੈਸੇਜ ਕਰਕੇ ਨਾਕਾ ਪਾਰਟੀ ਨੂੰ ਅਲਰਟ ਕਰ ਦਿੱਤਾ ਹੈਗਾ, PCR ਪਾਰਟੀ ਨੂੰ ਅਲਰਟ ਕਰ ਦਿੱਤਾ ਅਤੇ ਅਸੀਂ ਜਲਦੀ ਉਹਨੂੰ ਕਾਬੂ ਕਰ ਲਾਂਗੇ ਜੀ। ਸਰ, ਕੁਛ ਨਾਮ ਪਤਾ ਹੈ ਵੀ ਅਗਰ ਕਿਸੇ ਨੂੰ? ਵੀਰਾ ਸਿੰਘ ਹੈ, ਪੁੱਤਰ ਕਾਲਾ ਸਿੰਘ ਹੈ, ਝੰਡਿਆਣੇ ਪਿੰਡ ਦਾ ਰਹਿਣ ਵਾਲਾ, ਜ਼ਿਲ੍ਹੇ ਮੋਗੇ ਦਾ। ਕੁਛ ਪਤਾ ਸਰ ਕਿਹੜੀ ਕਿਸ ਜੁਰਮ 'ਚ? ਇਹ ਜੁਰਮ ਦਾ ਤਾਂ ਨਹੀਂ ਪਤਾ, ਪਰ ਇੰਨਾ ਪਤਾ ਵੀ ਇਹ ਬਠਿੰਡਾ ਜੇਲ੍ਹ 'ਚ ਬੰਦ ਸੀ ਅਤੇ ਬਠਿੰਡਾ ਪੁਲਿਸ ਮੁਲਾਜ਼ਮ ਅਤੇ ਉਹਦੇ ਇੱਕ ਜੇਲ੍ਹ ਦਾ ਮੁਲਾਜ਼ਮ ਨਾਲ ਇਹ ਲੈ ਕੇ ਆਏ ਸੀ। ਅੱਜ ਕੱਲ੍ਹ ਸ਼ਾਮੀ ਇਲਾਜ ਲਈ ਲੈ ਕੇ ਆਏ ਸੀ। ਲਿਆਉਣ ਬਾਰੇ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਸੀ ਵੀ ਲੈ ਕੇ ਆਏ। ਭਾਲ ਜਾ ਰਹੀ ਹੈ? ਹਾਂਜੀ, ਭਾਲ ਜਾ ਰਹੀ ਸਰ।